ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਦੁਲਮਾ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਥੇ ਇੱਕ ਟੋਬੇ ਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੀ ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਮ੍ਰਿਤਕ ਦੀ ਪਛਾਣ ਖੁਸ਼ੀ ਮੁਹੰਮਦ ਦੇ ਵਜੋਂ ਹੋਈ ਹੈ ਜੋ ਕਿ ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਦਰੇਲਗੜ੍ਹ ਦਾ ਰਹਿਣ ਵਾਲਾ ਹੈ ਅਤੇ ਉਹ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਕਿ ਇਹ ਵਿਅਕਤੀ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ ਅਤੇ ਹੁਣ ਉਸ ਦੀ ਲਾਸ਼ ਦੂਜੇ ਪਿੰਡ ਦੇ ਟੋਬੇ ਦੇ ਵਿੱਚੋਂ ਮਿਲੀ ਹੈ ਜੋ ਕਿ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ। ਮੇਰਾ ਭਾਈ ਆ ਜੀ ਖੁਸ਼ੀ ਮੁਹੰਮਦ ਉਰਫ ਪੱਪਾ 10 ਤਰੀਕ ਸੰਡੇ ਤੋਂ ਰਿਕਸ਼ੇ ਦੇ ਉੱਪਰ ਕੰਮ ਕਰਨ ਆਇਆ ਮਲੇਰਕੋਟਲੇ। ਮਲੇਰਕੋਟਲੇ ਤੋਂ ਜੋ ਇਹ ਆਪ ਆ ਗਿਆ ਜਾਂ ਇਹਨੂੰ ਲਿਆਂਦਾ ਗਿਆ ਇੱਥੇ, ਮੇਰੇ ਭਾਈ ਨੂੰ ਲੱਤਾਂ ਬਾਹਾਂ ਬੰਨ ਕੇ ਛੱਪੜ ਦੇ ਵਿੱਚ ਸਿੱਟਿਆ ਵੀ ਅਸੀਂ ਬਹੁਤ ਦੂਰ ਦੂਰ ਤੋਂ ਅਸੀਂ ਭਟਕ ਕੇ ਘੁੰਮਦੇ ਰਹੇ ਹਾਂ। ਬਾਕੀ ਅਸੀਂ ਪ੍ਰਸ਼ਾਸਨ ਤੋਂ ਪੂਰ ਜ਼ੋਰ ਮੰਗ ਕਰ ਰਹੇ ਹਾਂ, ਅਗਰ ਜੇ ਸਾਡੀ ਕੋਈ ਕਾਰਵਾਈ ਨਾ ਹੋਈ ਅਸੀਂ ਰੋਡ ਵੀ ਜਾਮ ਕਰ ਸਕਦੇ ਹਾਂ ਔਰ ਰੇਲਾਂ ਵੀ ਜਾਮ ਕਰ ਸਕਦੇ ਹਾਂ। ਅਸੀਂ ਸੰਘਰਸ਼ ਕਰਨ ਵਾਸਤੇ ਤਿਆਰ ਹਾਂ। ਕਿੰਨੀ ਉਮਰ ਸੀ, ਕਿੰਨੇ ਬੱਚੇ ਸੀ? ਇਹਦੀ 52 ਆ ਜੀ ਉਮਰ, ਇਹਦੀ 52 ਸਾਲ। ਘਰ ਵਾਲੇ ਬੱਚੇ ਹੈਗੇ 4, ਇੱਕ ਬੱਚਾ ਹੈਗਾ 10 ਮਹੀਨਿਆਂ ਦਾ, ਇੱਕ ਹੈਗਾ 2.5 ਸਾਲ ਦਾ, ਇੱਕ ਬੱਚਾ 8 ਸਾਲ ਦਾ, ਕੁੜੀ ਹੈਗੀ ਆ 6 ਸਾਲ ਦੀ। ਇਹ ਪਿੰਡ ਦਾ ਮੁੰਡਾ ਸੀ ਜੀ ਸਾਡੇ ਦਾ, ਬਹੁਤ ਸਾਊ ਸ਼ਰੀਫ ਬੰਦਾ ਸੀ, ਰਿਕਸ਼ਾ ਚਲਾਉਂਦਾ ਸੀ ਜੀ। ਇਹ 10 ਤਰੀਕ ਨੂੰ ਪਿੰਡੋਂ ਆਇਆ, ਆ ਕੇ ਆਪਦਾ ਰਿਕਸ਼ਾ ਰੁਕਸ਼ਾ ਚਲਾਉਂਦਾ ਰਿਹਾ ਹੋਊਗਾ। ਉਦੋਂ ਬਾਅਦ ਇਹ ਜਦ ਪਿੰਡ ਨਾ ਪਹੁੰਚਿਆ ਗਿਆ, ਅੱਗੇ ਵੀ ਕਈ ਰਾਤ ਨੂੰ 11-12 ਵਜੇ ਜਾਂਦਾ ਸੀ ਪਿੰਡ। ਅਸੀਂ ਇਹ ਮੰਗ, ਇਨਸਾਫ਼ ਮਿਲਣਾ ਚਾਹੀਦਾ ਵੀ ਇਹ ਬੇਕਸੂਰ ਬੰਦੇ ਨਾਲ ਇੰਨੀ ਬੁਰੀ ਹਾਲਤ ਕਰਕੇ ਟੋਬੇ 'ਚ ਰੱਸੀਆਂ ਨਾਲ ਬੰਨ ਕੇ, ਇਹ ਇੱਕ ਅੱਧੇ ਬੰਦੇ ਦਾ ਕੰਮ ਹੈ ਨਹੀਂ ਜੀ। ਉਧਰ ਦੂਜੇ ਪਾਸੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਟੋਬੇ ਦੇ ਵਿੱਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਮੁਲਜ਼ਮਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਘਟਨਾ ਇਹ ਅੱਜ ਮੈਨੂੰ ਆਪਣੇ ਮੁਨਸ਼ੀ ਨੇ ਦੱਸਿਆ ਵੀ ਇੱਥੋਂ ਫੋਨ ਆਇਆ ਹੈਗਾ ਦੁਲਮਾ ਤੋਂ ਸਰਪੰਚ ਦਾ ਵੀ ਇੱਥੇ ਇੱਕ ਡੈਡ ਬੋਡੀ ਪਈ ਹੈ, ਇੱਥੇ ਮੈਂ ਮੌਕੇ 'ਤੇ ਆਇਆ। ਉਹ ਲਾਸ਼ ਇੱਥੇ ਬੰਦਾ ਹੈਗਾ ਸੀਗਾ ਜਿਹੜਾ ਕਿ ਪੱਪਾ ਦੇ ਨਾਂ ਦਾ ਸੀਗਾ ਵੀ ਇਹ ਗੁੰਮ ਹੈਗਾ, ਉਹਨਾਂ ਦੇ ਬੰਦੇ ਨੂੰ ਮੌਕੇ 'ਤੇ ਲਿਆ ਕੇ ਸ਼ਨਾਖਤ ਕਰਾਈ ਹੈ। ਇਹ ਉਹਨਾਂ ਦਾ ਜੋ ਹੈਗਾ ਸ਼ਨਾਖਤ ਕੀਤੀ ਉਹਨਾਂ ਨੇ ਵੀ ਸਾਡਾ ਭਰਾ ਹੈ ਮਨਸਾ ਉਰਿਆ ਨੇ। ਕੀ ਲੱਗਦਾ ਹੁਣ ਪੋਸਟਮਾਰਟਮ ਰਿਪੋਰਟ ਹੈ, ਕੋਈ ਅੱਗੇ ਤਫਤੀਸ਼ ਹੈ ਉਸ ਮੁਤਾਬਕ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ। ਬਹਿਰਾਲ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ। ਮਲੇਰਕੋਟਲਾ ਤੋਂ ਸੁੱਖਾ ਖੇੜੀਵਾਲਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 92563 92563 'ਤੇ।